ਮੈਂ 25-11 ਚੱਕਦਾ ਫਿਰ ਦਿੱਲੀ ਨੂੰ ਜਹਾਜ਼ ਹੀ ਆ, 25-11 ਕਾਹਦਾ ਹੈ, ਜਹਾਜ਼ ਹੀ ਹੈ ਤਾਂ ਕਸੇ ਜੇ ਟਾਇਰ ਪਹੁੰਚੂਗਾ। ਪੜੂਗਾ ਪੜੂਗਾ ਲਿਆਉਣਾ। ਅੱਛਾ ਜਹਾਜ਼ ਬਣਾ ਦੇਵੇ ਫਿਰ ਇਹਨੂੰ, ਪੂਰਾ ਜਹਾਜ਼ ਬਣਾਵਾਂਗੇ। ਪਹਿਲਾਂ ਵੀ ਗਏ ਸੀ ਲੈ ਕੇ, ਪਹਿਲਾਂ ਵੀ ਗਏ ਸੀਗੇ। ਕੀ ਲੱਗਦਾ ਹੁਣ ਤਾਂ ਬੜਾ ਕੁਛ ਰੱਖੀ ਬੈਠਿਆ ਰਾਹ ਦੇ ਵਿੱਚ, ਫਿਰ ਕੀ ਰੱਖੀ ਬੈਠੇ ਦਾ। ਆਪਾਂ ਵੀ ਗੁਰਿੰਦਰ ਸਿੰਘ ਆ 10ਵੇਂ ਪਾਤਸ਼ਾਹ ਦੇ। ਜਿਹੜਾ ਲੈ ਕੇ ਬਾਈ ਜੀ ਜਾ ਰਹੇ ਨੇ ਫਾਜ਼ਿਲਕਾ ਤੋਂ ਆਏ ਨੇ, ਕਹਿੰਦੇ ਪਿਛਲੇ ਵਾਰੀ ਵੀ ਸਾਲ ਤੋਂ ਉੱਤੋਂ ਲਾ ਕੇ ਤੇ ਇਸ ਵਾਰੀ ਵੀ ਕਹਿੰਦੇ ਛੂਕਦਾ ਜਾਊਗਾ ਜਹਾਜ਼, ਆ ਇਹਨੂੰ 25-11 ਨਾ ਸਮਝੋ। ਮੈਂ 25-11 ਚੱਕਦਾ ਫਿਰ ਦਿੱਲੀ ਨੂੰ, ਜਹਾਜ਼ ਹੀ ਆ, 25-11 ਕਾਹਦਾ ਹੈ ਜਹਾਜ਼ ਹੀ ਹੈ ਤਾਂ ਕਸੇ ਜੇ ਟਾਇਰ ਪਹੁੰਚੂਗਾ। ਪੜੂਗਾ ਪੜੂਗਾ ਲਿਆਉਣਾ। ਅੱਛਾ ਜਹਾਜ਼ ਬਣਾ ਦੇਵੇ ਫਿਰ ਇਹਨੂੰ, ਪੂਰਾ ਜਹਾਜ਼ ਬਣਾਵਾਂਗੇ। ਪਹਿਲਾਂ ਵੀ ਗਏ ਸੀ ਲੈ ਕੇ, ਪਹਿਲਾਂ ਵੀ ਗਏ ਸੀਗੇ। ਕੀ ਲੱਗਦਾ ਹੁਣ ਤਾਂ ਬੜਾ ਕੁਛ ਰੱਖੀ ਬੈਠਿਆ ਰਾਹ ਦੇ ਵਿੱਚ, ਫਿਰ ਕੀ ਰੱਖੀ ਬੈਠੇ ਦਾ। ਆਪਾਂ ਵੀ ਗੁਰਿੰਦਰ ਸਿੰਘ ਆ 10ਵੇਂ ਪਾਤਸ਼ਾਹ ਦੇ। ਬੜੇ ਲਾਏ ਉਹਨਾਂ ਨੇ ਬੈਰੀਕੇਡ ਲਾ ਕੇ, ਤਾਂ ਬੈਰੀਕੇਡ ਚੱਕਣ ਵਾਲੇ ਸੀ ਐਤਕੀ, ਤਾਂ ਬੜਾ ਕੁਛ ਰੱਖੀ ਬੈਠੇ। ਫਿਰ ਕੀ ਚੱਕੀ ਰੱਖੀ ਬੈਠੇ, ਆਪਾਂ ਚੱਕਣ ਵਾਲੇ ਵੀ ਆ, ਜੇ ਰੱਖਣ ਵਾਲੇ ਤੇ ਚੱਕਣ ਵਾਲੇ ਵੀ ਆ ਵਿੱਚ। 35-11 ਟੱਪ ਜੂ ਉੱਥੋਂ ਦੀ, ਫਿਰ ਟਪਾ ਦਾਂਗੇ ਨਾਲੇ ਵੀ, ਤੇ ਟਪਾ ਦਾਂਗੇ ਨਾਲੇ ਵੀ ਟੱਪ ਜੂਗਾ। ਹੋਰ ਇੰਨਾ ਮਸਲਾ, ਟਰਾਲੀ ਭਾਰੀ ਨਾ ਹੋਵੇ ਕਿਤੇ ਮਗਰੋਂ ਖਿੱਚੇ ਨਾ। ਬਾਬਾ ਭਾਰਾ ਦੀ ਟਰਾਲੀ ਕੀ ਕਰੂਗੀ। ਅੱਛਾ ਪੂਰਾ ਹੌਸਲਾ ਫਿਰ। ਹਾਂ ਤੇ ਪਹਿਲਾਂ ਕਿੰਨੇ ਦਿਨ ਆਇਆ ਸੀ ਦਿੱਲੀ ਅੰਦੋਲਨ ਚ? ਪਹਿਲਾਂ ਪੂਰਾ ਸਾਲ ਜਿਹੜਾ ਜਿੰਨਾ ਚਿਰ ਚੱਲਿਆ ਅੰਦੋਲਨ ਉਨਾ ਚਿਰ ਰਹੀ। ਤੇ ਲੱਗਦਾ ਐਤਕੀ ਮੋਰਚਾ ਫਤਿਹ ਫਿਰ ਕਰੂਗਾ, ਮਹਾਰਾਜ ਕਰੂਗਾ, 10ਵੇਂ ਪਾਤਸ਼ਾਹ ਕਰੂਗਾ, ਜਿਹਦਾ ਨਿਸ਼ਾਨ ਲਾਇਆ ਅੱਗੇ। ਅੱਗੇ ਤਾਂ ਨਿਸ਼ਾਨ ਦੀ ਵੀ ਕਹਿੰਦੇ ਸੀਗੇ ਵੀ ਨਾ ਲਾਓ ਕਰਦੇ ਸੀਗੇ, ਅਸੀਂ ਤਾਂ ਲਾ ਕੇ ਲਿਆਏ ਪਹਿਲਾਂ ਵੀ ਲਾ ਕੇ ਲੈ ਕੇ ਸੋ ਤੁਸੀਂ ਮਹਾਰਾਜ ਦੀ ਅਗਵਾਈ ਹੈ। ਤੇ ਜਿਵੇਂ ਕਹਿੰਦੇ ਆ ਵੀ ਕਹਿੰਦੇ ਵੀ ਸੜਕਾਂ ਰੋਕ ਲੈਂਦੇ ਆ, ਇਹ ਤਾਂ ਅੱਤਵਾਦੀ ਕਹਿੰਦੇ ਸੀ ਪਹਿਲਾਂ, ਤਾਂ ਇਹ ਤਾਂ ਪਹਿਲਾਂ ਲਾ ਤੋਂ ਹੀ ਬਣੀ ਆਈ ਆ, ਇਹ ਤਾਂ ਜਦੋਂ ਦੁਨੀਆ ਸਾਜੀ ਨਾ ਉਦੋਂ ਵੀ ਤੁਰੇ ਆਈ ਇਸ ਕੰਮ ਨੂੰ ਤਾਂ। 10ਵੇਂ ਪਾਤਸ਼ਾਹ ਵੀਰਾ ਵੀ ਸੀਗਾ ਤੇ ਹੁਣ ਵੀ ਉਹੀ ਕੰਮ ਚੱਲੀ ਜਾਂਦਾ। ਬੁੱਚੜ ਸਰਕਾਰਾਂ ਆ ਗਈਆਂ ਤੇ ਜਿਵੇਂ BSF ਹੈ, ਬਾਰਡਰ ਸਿਕਿਉਰਿਟੀ ਫੋਰਸ ਹੈ, ਬਾਰਡਰ ਦੀ ਰੱਖਿਆ ਵਾਸਤੇ ਹੁੰਦੀ ਹੈ, ਉਹ ਖੜੀ ਕਰੀ ਖੜੇ ਅੱਗੇ ਲਿਆ ਕੇ। BSC ਆ, BSF ਆ ਜੇ, CRP ਆ ਜੇ, ਅੱਗੇ CRP ਪੰਜਾਬ ਚ ਅੱਗੇ ਵੀ ਲੱਗੀ ਰਹੀ ਆ, ਠੀਕ ਹੈ, ਉਦੋਂ ਕੁਛ ਨੀ ਹੋਇਆ ਹੈਗਾ, ਉਦੋਂ ਨੌਜਵਾਨ ਹੀ ਮਾਰੇ ਆ। ਹੁਣ ਬਾਰਡਰ ਸਿਕਿਉਰਿਟੀ ਬੋਰਡ ਲੱਗ ਜੂ, ਅਸੀਂ ਬਾਰਡਰ ਤੋਂ ਹੀ ਆਏ, ਠੀਕ ਹੈ, ਫਾਜ਼ਿਲਕਾ ਜ਼ਿਲ੍ਹਾ ਸਾਡਾ। ਤੇ ਤੁਸੀਂ ਤਾਂ ਫਿਰ ਫੌਜ ਨਾਲ ਤੁਹਾਡੇ ਤਾਂ ਵਾਹ ਪੈਂਦਾ ਹੀ ਰਹਿੰਦਾ ਹੈ ਨਾ? ਉਹੀ ਵਾਹ ਦਾ ਛਿੱਤਰ ਛਿੱਤਰ ਤਾਂ ਹੁੰਦੇ ਆ। ਅੱਛਾ ਤੇ ਕਿਹੜਾ ਪਿੰਡ ਆ ਬਾਬਾ ਜੀ? ਮਰਾਦ ਵਾਲਾ ਦਲ ਸਿੰਘ। ਮਿਲਦੇ ਆ ਫਿਰ ਦਿੱਲੀ ਉੱਥੇ ਆਉਣੇ? ਆਓ ਆਓ। ਕਿੰਨੇ ਕੇ ਤੁਹਾਡੀ ਟੀਮ ਦੇ ਨਾਲ ਹੈਗੇ ਮੈਂਬਰ ਇੱਥੇ? ਹੈਗੇ 25-30 ਬੰਦੇ ਆ। 25-30 ਜਣੇ ਆ? ਹਾਂ। ਤੇ ਉਹ ਤਾਂ 60 ਲਈ ਫਿਰਦੇ ਆ ਫਾਰਮ, ਪਿੱਛੇ ਨਾ ਰਹਿ ਜੂ ਰਲ ਜੂ ਨਾਲ। ਅਸੀਂ ਹੌਲੀ ਤੋੜ ਕੇ ਲਿਆਏ, ਸਮਝ ਨਾ ਕਿਸੇ ਚੜ੍ਹ ਨਾ ਜਾਵੇ। ਅੱਛਾ ਪੂਰੀ ਰੇਸ ਲਵਾਉਣੀ ਹੈ ਫਿਰ। ਹਾਂ ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।